ਹਾਂਜੀ ਦੋਸਤੋ ਸਵਾਗਤ ਹੈ ਤੁਹਾਡਾ ਸਵੇਰ ਦੀਆਂ ਮੁੱਖ ਖਬਰਾਂ ਦੇ ਵਿੱਚ ਆਓ ਲੜੀਵਾਰ ਗੱਲ ਕਰਦੇ ਹਾਂ ਪੰਜਾਬ ਅਤੇ ਦੁਨੀਆ ਦੀਆਂ ਤਾਜ਼ਾ ਵੱਡੀਆਂ ਖਬਰਾਂ ਦੀ ਖਬਰਾਂ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦਿਓ ਸਾਡੇ ਨਾਲ ਜੁੜੇ ਰਹਿਣ ਦੇ ਲਈ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲਿਓ ਅੱਜ ਦੀ ਪਹਿਲੀ ਵੱਡੀ ਖਬਰ ਹੁਣ ਪੰਜਾਬ ਦੇ ਵਿੱਚ ਕਿਸਾਨਾਂ ਦੇ ਨਾਂ ਤੇ ਕੋਈ ਹੋਰ ਨਹੀਂ ਵੇਚ ਸਕੇਗਾ ਫਸਲ ਮਿਲੇਗਾ ਆਨਲਾਈਨ ਜੀ ਫਾਰਮ ਜੀ ਹਾਂ ਦੋਸਤੋ ਹੁਣ ਪੰਜਾਬ ਦੇ ਵਿੱਚ ਕਿਸਾਨਾਂ ਦੇ ਨਾਤੇ ਕੋਈ ਹੋਰ ਵਿਅਕਤੀ ਫਸਲ ਨਹੀਂ ਵੇਚ ਸਕੇਗਾ ਸੂਬੇ ਵਿੱਚ ਹੁਣ ਕਿਸਾਨਾਂ ਨੂੰ ਆਪਣੀਆਂ ਸਾਰੀਆਂ ਫਸਲਾਂ ਨੂੰ ਵੇਚਣ ਤੋਂ ਬਾਅਦ ਆਨਲਾਈਨ ਜੇ ਫਾਰਮ ਮਿਲੇਗਾ ਇਹ ਕਰਮ ਚੁੱਕਣ ਵਾਲਾ ਪੰਜਾਬ ਪਹਿਲਾ ਸੂਬਾ ਬਣ ਗਿਆ ਹੈ ਹਾਲਾਂਕਿ ਇਹਦਾ ਸਫਲ ਪ੍ਰਯੋਗ ਪਿਛਲੇ ਕਣਕ ਦੇ ਸੀਜ਼ਨ ਦੇ ਦੌਰਾਨ ਹੋ ਚੁੱਕਾ ਹੈ ਪਰ ਹੁਣ ਇਸ ਨੂੰ ਝੋਨੇ ਤੇ ਕਪਾਹ ਦੀਆਂ ਫਸਲਾਂ ਤੇ ਵੀ ਲਾਗੂ ਕੀਤਾ ਜਾਵੇਗਾ ਆਪਣੀ ਫਸਲ ਵੇਚਦੇ ਹੀ ਕਿਸਾਨਾਂ ਦੇ ਮੋਬਾਈਲ ਤੇ ਮੈਸੇਜ ਆ ਜਾਵੇਗਾ ਤੇ ਉਹਨਾਂ ਨੇ ਕਿੰਨੀ ਫਸਲ ਵੇਚੀ ਅਤੇ ਕਿੰਨੀ ਵਿੱਚ ਵੇਚੀ ਹੈ ਤੇ ਫਸਲ ਦੀ ਕੁਆਲਿਟੀ ਕਿਹੋ ਜੀ ਸੀ ਆਦ ਉਸ ਦੇ ਮੁਤਾਬਕ ਉਹਨਾਂ ਦੇ ਖਾਤਿਆਂ ਵਿੱਚ ਸਿੱਧੀ ਫਸਲ ਦੀ ਅਦਾਇਗੀ ਹੋ ਜਾਵੇਗੀ ਅਗਲੀ ਵੱਡੀ ਖਬਰ ਆ ਰਹੀ ਹੈ ਜੀ ਪੰਜਾਬ ਦੇ ਵਿੱਚ ਠੇਕਾ ਕਾਮਿਆਂ ਦੀ ਅਣਮਿਥੇ ਸਮੇਂ ਦੇ ਲਈ ਹੜਤਾਲ 6 ਸਤੰਬਰ ਤੋਂ ਬੱਸਾਂ ਦਾ ਚੱਕਾ ਜਾਮ ਜੀ ਹਾਂ ਦੋਸਤੋ ਠੇਕਾ ਮਲਾਜਮਾਂ ਨੂੰ ਰੈਗੂਲਰ ਕਾਰਨ ਦੀ ਮੰਗ ਪੂਰੀ ਨਾ ਹੋਣ ਦੇ ਕਾਰਨ ਪੰਜਾਬ ਰੋਡਵੇਜ ਅਤੇ ਪਨਵਾਸ ਕੰਟਰੈਕਟ ਕਰਮਚਾਰੀਆਂ ਨੇ 6 ਸਤੰਬਰ 92th ਸਮੇਂ ਦੇ ਲਈ ਹੜਤਾਲ ਤੇ ਜਾਣ ਦਾ ਫੈਸਲਾ ਕੀਤਾ ਤੇ ਇਹਨਾਂ ਸਾਰਿਆਂ ਨੇ ਇਹ ਫੈਸਲਾ ਵੀਰਵਾਰ ਨੂੰ ਹੋਈ ਪੰਜਾਬ ਸਰਕਾਰ ਦੀ ਕੈਬਨਟ ਮੀਟਿੰਗ ਤੋਂ ਬਾਅਦ ਲੈ ਤੇ ਪੰਜਾਬ ਰੋਡਵੇਜ ਪਨਵਾਸ ਅਤੇ ਪੀਆਰਟੀਸੀ ਦੇ ਠੇਕਾ ਕਾਮਿਆਂ ਨੂੰ ਰੈਗੂਲਰ ਕਰਨ ਬਾਰੇ ਮੰਤਰੀ ਮੰਡਲ ਦੀ ਮੀਟਿੰਗ ਵਿੱਚ ਕੋਈ ਵੀ ਫੈਸਲਾ ਨਹੀਂ ਲਿਆ ਗਿਆ ਤੇ ਇਸ ਤੋਂ ਨਾਰਾਜ਼ ਹੋ ਕੇ ਠੇਕਾ ਮੁਲਾਜ਼ਮ 6 ਸਤੰਬਰ ਤੋਂ ਆਨਮੇ ਤੇ ਸਮੇਤ ਲਈ ਹੜਤਾਲ ਤੇ ਜਾਣਗੇ ਅਗਲੀ ਵੱਡੀ ਖਬਰ ਆ ਰਹੀ ਹੈ ਜੀ ਬੈਂਕ ਖਾਤੇ ਵਿੱਚ ਕੋਈ ਬਕਾਇਆ ਨਹੀਂ ਹੈ ਫਿਰ ਵੀ ਤੁਹਾਨੂੰ ਮਿਲਣਗੇ 10000 ਰੁਪਏ ਇਹ ਹੈ ਸਕੀਮ ਦਾ ਬੇਰਬੀ ਜੀ ਆਹ ਦੋਸਤੋ ਪ੍ਰਧਾਨ ਮੰਤਰੀ ਜਨਤਨ ਯੋਜਨਾ ਨੂੰ 7 ਸਾਲ ਪੂਰੇ ਹੋ ਚੁੱਕੇ ਹਨ ਤੇ ਇਹ ਯੋਜਨਾ ਦੇ ਤਹਿਤ 40 ਕਰੋੜ ਤੋਂ ਜ਼ਿਆਦਾ ਜਨਤਨ ਖਾਤੇ ਖੋਲੇ ਗਏ ਹਨ ਤੇ ਯੋਜਨਾ ਵਿੱਚ ਬੀਮਾ ਸਮੇਤ ਕਈ ਤਰ੍ਹਾਂ ਦੀਆਂ ਸਹੂਲਤਾਂ ਉਪਲਬਧ ਹਨ ਤੇ ਅਜਿਹੀ ਇੱਕ ਵੱਡੀ ਸਹੂਲਤ ਓਵਰਡਰਾਫਟ ਸੀਮਾ ਦੀ ਹੈ ਜਿਹਦੇ ਤਹਿਤ ਭਾਵੇਂ ਤੁਹਾਡੇ ਜਨ ਤਨਖਾਤੇ ਵਿੱਚ ਕੋਈ ਬਕਾਇਆ ਨਾ ਹੋਵੇ ਤੁਹਾਨੂੰ 10000 ਰੁਪਏ ਤੱਕ ਦੀ ਓਵਰਡਰਾਫਟ ਸਹੂਲਤ ਮਿਲ ਜਾਵੇਗੀ ਇੱਕ ਤਰ੍ਹਾਂ ਦੇ ਨਾਲ ਇਹ ਇੱਕ ਛੋਟੀ ਮਿਆਦ ਦੇ ਕਰਜ਼ੇ ਵਰਗਾ ਹੀ ਹੈ ਤੇ ਪਹਿਲਾਂ ਇਹ ਰਕਮ 5000 ਰੁਪਏ ਹੁੰਦੀ ਸੀ ਐਸਾ ਖਾਤੇ ਵਿੱਚ ਓਵਰਡਰਾਫਟ ਸਹੂਲਤ ਦੇ ਲਈ ਵੱਧ ਤੋਂ ਵੱਧ ਉਮਰ ਸੀਮਾ 65 ਸਾਲ ਅਤੇ ਇਸ ਦੇ ਨਾਲ ਹੀ ਓਵਰਡਰਾਫਟ ਸਹੂਲਤ ਇਸ ਖਾਤੇ ਦੇ ਸੰਤੋਸ਼ਜਨਕ ਸੰਚਾਲਨ ਦੇ 6 ਮਹੀਨਿਆਂ ਦੇ ਬਾਅਦ ਹੀ ਉਪਲਬਧ ਹੋਵਗੀ ਹੈ ਦੇ ਨਾਲ ਹੀ ਬਿਨਾਂ ਕਿਸੇ ਸ਼ਰਤ ਦੇ 2000 ਰੁਪਏ ਤੱਕ ਦਾ ਓਵਰ ਡਰਾਫਟ ਵੀ ਉਪਲਬਧ ਹੈ। ਅਗਲੀ ਵੱਡੀ ਖਬਰ ਆ ਰਹੀ ਹੈ ਜੀ ਹੁਣ ਸੂਬਾ ਬਦਲਣ ਤੇ ਨਹੀਂ ਕਰਵਾਉਣੀ ਪਵੇਗੀ ਮੋਟਰ ਗੱਡੀ ਦੀ ਮੜ ਤੌਰ ਰਜਿਸਟ੍ਰੇਸ਼ਨ। ਜੀ ਹਾਂ ਦੋਸਤੋ ਸੂਬਿਆਂ ਦੇ ਦਰਮਿਆਨ ਪ੍ਰਾਈਵੇਟ ਮੋਟਰ ਗੱਡੀਆਂ ਦੀ ਆਸਾਨੇ ਦੇ ਨਾਲ ਤਬਦੀਲੀ ਦੇ ਲਈ ਛੜਕੀ ਟ੍ਰਾਂਸਪੋਰਟ ਮੰਤਰੀ ਨਿਤਨ ਗੱਡਕਰੀ ਦੇ ਯਤਨਾਂ ਦੇ ਪਿੱਛੋਂ ਕੇਂਦਰੀ ਸੜਕੀ ਆਵਾਜਾਈ ਮੰਤਰਾਲਾ ਨੇ ਨਵੇਂ ਰਜਿਸਟ੍ਰੇਸ਼ਨਾਂ ਲਈ ਲੜੀ ਸ਼ੁਰੂ ਕੀਤੀ ਹੈ ਮੰਤਰਾਲਾ ਨੇ ਇਸ ਬਵੈਸਥਾ ਦੇ ਅਧੀਨ ਨਵੇਂ ਰਜਿਸਟ੍ਰੇਸ਼ਨ ਸੀਰੀਜ਼ BH ਨੂੰ ਲਾਗੂ ਕੀਤਾ ਹੈ ਤੇ ਇਸ ਬਵੈਸਥਾ ਦੇ ਅਧੀਨ ਮੋਟਰ ਗੱਡੀਆਂ ਦੇ ਮਾਲਕਾਂ ਨੂੰ ਇੱਕ ਸੂਬੇ ਜਾਂ ਕੇਂਦਰ ਸ਼ਾਸਿਤ ਪ੍ਰਦੇਸ਼ ਤੋਂ ਦੂਜੇ ਸੂਬੇ ਜਾਂ ਕੇਂਦਰ ਸ਼ਾਸਿਤ ਖੇਤਰ ਵਿੱਚ ਤਬਦੀਲ ਹੋਣ ਤੇ ਨਵੇਂ ਸ਼ਹਿਰੇ ਤੋਂ ਰਜਿਸਟ੍ਰੇਸ਼ਨ ਕਰਵਾਉਣ ਦੀ ਲੋੜ ਨਹੀਂ ਪਵੇਗੀ ਤੇ ਇਸ ਸੰਬੰਧੀ ਨੈਜਮਾ 15 ਸਤੰਬਰ ਤੋਂ ਲਾਗੂ ਹੋ ਜਾਣਗੇ ਤੇ ਮੰਤਰਾਲੇ ਦਾ ਕਹਿਣਾ ਹੈ ਕਿ ਭਾਰਤ ਲੜੀ ਅਧਿਨਾਂ ਰੱਖਿਆ ਮੁਲਾਜ਼ਮਾਂ ਕੇਂਦਰ ਸਰਕਾਰ ਸੂਬਾ ਸਰਕਾਰ ਕੇਂਦਰਾ ਤੇ ਸੂਬਾਈ ਜਨਤਕ ਖੇਤਰ ਦੇ ਆਧਾਰੀਆਂ ਦੀਆਂ ਕੰਪਨੀਆਂ ਜਾਂ ਸੰਗਠਨਾਂ ਦੇ ਉਨ੍ਹਾਂ ਮੁਲਾਜ਼ਮਾਂ ਨੂੰ ਇਹ ਸਹੂਲਤ ਸੇਵੇ ਆਸ਼ਿਕ ਆਧਾਰ ਤੇ ਮਿਲੇਗੀ ਅਗਲੀ ਵੱਡੀ ਖਬਰ ਆ ਰਹੀ ਹੈ ਜੀ ਹਰਿਆਣਾ ਦੇ ਵਿੱਚ ਕਿਸਾਨਾਂ ਦੇ ਲਾਠੀ ਚਾਰਜ ਦੇ ਵਿਰੋਧ ਦੇ ਵਿੱਚ ਪੰਜਾਬ ਦੇ ਕਿਸਾਨਾਂ ਨੇ ਨੈਸ਼ਨਲ ਹਾਈਵੇ ਕੀਤਾ ਜਮ ਜੀਹਾਂ ਦੋਸਤੋ ਕਰਨਾਲ ਦੇ ਵਿੱਚ ਕਿਸਾਨਾਂ ਤੇ ਹੋਏ ਲਾਠੀ ਚਾਰ ਦੇ ਵਿਰੁੱਧ ਰੂਪਨਗਰ ਦੇ ਵਿੱਚ ਵੀ ਪ੍ਰਦਰਸ਼ਨ ਵੇਖਣ ਨੂੰ ਮਿਲਿਆ ਜਿੱਥੇ ਕਿਸਾਨਾਂ ਨੇ ਕਰਨਾਲ ਵਿੱਚ ਕਿਸਾਨਾਂ ਕਿਸਾਨਾਂ ਤੇ ਕਰਨਾਲ ਵਿੱਚ ਹੋਏ लाਠੀ ਚਾਰਜ ਤੇ ਆਪਣਾ ਵਿਰੋਧ ਪ੍ਰਗਟ ਕਰਦੇ ਹੋਏ ਕਰੀਬ 1 ਘੰਟਾ ਟੋਲ ਪਲਾਜ਼ਾ ਤੇ ਜਾਮ ਲਗਾ ਦਿੱਤਾ ਤੇ ਕਿਸਾਨਾਂ ਦਾ ਕਹਿਣਾ ਸੀ ਕਿ ਉਹਨਾਂ ਨੇ ਧਰਨਾ ਕਰੀਬ 1 ਘੰਟੇ ਦੇ ਲਈ ਲਗਾਇਆ ਹੈ ਜਿਵੇਂ ਹੀ ਸੰਯੁਕਤ ਕਿਸਾਨ ਮੋਰਚੇ ਦਾ ਹੁਕਮ ਹੋਵੇਗਾ ਉਸੇ ਤਰ੍ਹਾਂ ਹੀ ਕੀਤਾ ਜਾਵੇਗਾ ਤੇ ਇਸ ਦੌਰਾਨ ਜਿੱਥੇ ਕਿਸਾਨਾਂ ਨੇ ਹਾਈਵੇ ਤੋਂ ਗੁਜ਼ਰਨ ਵਾਲੀਆਂ ਬਸਾਂ ਕਾਰਾਂ ਨੂੰ ਰੋਕਿਆ ਉੱਥੇ ਐਂਬੂਲੈਂਸ ਨੂੰ ਜਾਣ ਦਿੱਤਾ ਤੇ ਉੱਥੇ ਹੀ ਉਸ ਤੇ ਨਿਕਲਣ ਦੇ ਲਈ ਆਪ ਰਸਤਾ ਬਣਾਇਆ ਤੇ ਇਸ ਮੌਕੇ ਬੋਲਦੇ ਹਾਂ ਕਿਸਾਨ ਮੋਰਚਾ ਦੇ ਨੇਤਾ ਪਰਮਿੰਦਰ ਸਿੰਘ ਨੇ ਦੱਸਿਆ ਕਿ ਹਰਿਆਣਾ ਦੀ ਖੱਟੜ ਸਰਕਾਰ ਕਿਸਾਨਾਂ ਦੇ ਨਾਲ ਭਾਰੀ ਜ਼ੁਲਮਕਾਰੀ ਹੈ ਤੇ ਉਹਨਾਂ ਨੇ ਕਿਹਾ ਕਿ ਜੇਕਰ ਕਿਸਾਨਾਂ ਦੇ ਨਾਲ ਕੋਈ ਵੀ ਆਂਚ ਆਉਂਦੀ ਹੈ ਤਾਂ ਪੰਜਾਬ ਤੇ ਹਰਿਆਣਾ ਦਾ ਕਿਸਾਨ ਇਕੱਠ ਅਤੇ ਖੱਟੜ ਸਰਕਾਰ ਨੂੰ ਇਹਦਾ ਵਿਰੋਧ ਸਹਿਣਾ ਪਵੇਗਾ ਅਗਲੀ ਵੱਡੀ ਖਬਰ ਆ ਰਹੀ ਹੈ ਜੀ ਐਮਈ ਵਰਕ ਦੇ ਹੱਕ ਵਿੱਚ ਆਇਆ ਕਿਸਾਨ ਇਕਤਾ ਮੋਰਚਾ ਕਿਆ ਬੰਦੇ ਨੂੰ ਇੰਨਾ ਵੀ ਨਾ ਚਕਾਓ ਕਿ ਉਹ ਟੁੱਟ ਹੀ ਜਾਵੇ ਜੀहां ਦੋਸਤੋ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਿਹਾ ਐਮੀ ਵਰਕ ਨੂੰ ਇੰਨੇ ਦਿਨੀ ਕੁਝ ਲੋਕਾਂ ਨੇ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਪਰ ਇਹ ਸਭ ਦੇ ਵਿਚਾਲੇ ਜਿੱਥੇ ਵਿਰੋਧ ਵੀ ਹੋ ਰਿਹਾ ਤੇ ਉੱਥੇ ਕੁਝ ਲੋਕ ਐਮੀ ਵਰਕ ਦੇ ਹੱਕ ਵਿੱਚ ਵੀ ਨਜ਼ਰ ਆਏ ਹਨ ਬੀਤੇ ਦਿਨੀ ਕਿਸਾਨ ਏਕਤਾ ਮੋਰਚਾ ਦੇ ਵੱਲੋਂ ਵੀ ਐਮੀ ਵਰਕ ਦਾ ਸਮਰਥਨ ਕੀਤਾ ਗਿਆ ਤੇ ਐਮੀ ਵਰਕ ਦੇ ਬਿਆਨ ਨੂੰ ਦਰਸਾਉਂਦੀ ਹੋਈ ਇੱਕ ਤਸਵੀਰ ਸਾਂਝੀ ਕਰਦੇ ਹਾਂ ਕਿਸਾਨ ਏਕਤਾ ਮੋਰਚਾ ਨੇ ਐਮੀ ਵਰਕ ਨੂੰ ਸੰਬੰਧੀ ਕੁਝ ਗੱਲਾਂ ਆਕੀਆਂ ਹਨ ਤੇ ਉਹਨਾਂ ਨੇ ਕਿਹਾ ਕਿ ਬੰਦੇ ਨੂੰ ਇੰਨਾ ਵੀ ਨਾ ਚਕਾਓ ਕਿ ਉਹ ਟੁੱਟ ਹੀ ਜਾਵੇ ਮੰਨ ਲੋ ਕਿ ਐਵੇਂ ਬਿਰਕ ਤੋਂ ਗਲਤੀ ਹੋਈ ਵੀ ਹੈ ਪਰ ਇਸ ਬਹਿਣ ਤੋਂ ਬਾਅਦ ਗੱਲ ਤੇ ਮਿੱਟੀ ਪਾਉਣੀ ਚਾਹੀਦੀ ਹੈ ਕਿਉਂਕਿ ਉਹਨਾਂ ਨੇ ਕਿਹਾ ਕਿ ਉਹਨਾਂ ਨੇ ਗਲਤੀ ਮੰਨੀ ਹੈ ਤੇ ਉਹਨਾਂ ਨੂੰ ਮਾਫ ਕਰਨਾ ਚਾਹੀਦਾ ਹੈ ਕਿਉਂਕਿ ਉਹਨਾਂ ਨੇ ਫਿਲਮਾਂ ਪਹਿਲਾਂ ਸਾਈਨ ਕੀਤੀਆਂ ਹੋਈਆਂ ਸਨ ਤੁਸੀਂ ਇਸ ਬਾਰੇ ਕੀ ਸੋਚਦੇ ਹੋ ਆਪਣੀ ਟਿੱਪਣੀ ਵੀ ਕਮੈਂਟ ਸੈਕਸ਼ਨ ਦੇ ਵਿੱਚ ਦੇ ਸਕਦੇ ਹੋ ਅਗਲੀ ਖਬਰ ਆ ਰਹੀ ਹੈ ਜੀ ਦੇਸ਼ ਭਰ ਦੇ ਵਿੱਚ 30 ਸਤੰਬਰ ਤੱਕ ਜਾਰੀ ਰਹਿਣਗੇ ਕੋਵਿਡ-19 ਨਾਲ ਸੰਬੰਧਿਤ ਸਾਰੇ ਪ੍ਰੋਟੋਕਾਲ ਕੇਂਦਰੀ ਗ੍ਰਹਿ ਮੰਤਰਾਲੇ ਨੇ ਵਿਧਾਇਆ ਸਮਾਂ ਜੀ ਹਾਂ ਦੋਸਤੋ ਕਰੋਨਾ ਮਹਾਮਾਰੀ ਸੰਬੰਧੀ ਕੀਤੇ ਗਏ ਸਾਰੇ ਰੋਕਥਾਮ ਦੇ ਉਪਾਅ ਅਗਲੇ ਮਹੀਨੇ ਦੇ ਅੰਤ ਤੱਕ ਜਾਰੀ ਰਹਿਣਗੇ ਤੇ ਕੇਂਦਰੀ ਗ੍ਰਹਿ ਮੰਤਰਾਲੇ ਵੱਲੋਂ ਜਾਰੀ ਕੀਤੀਆਂ ਗਈਆਂ ਗਾਈਡਲਾਈਨਸ ਦੇ ਮੁਤਾਬਕ ਤਮਾਮ ਨਿਰਦੇਸ਼ ਜਾਰੀ ਕੀਤੇ ਗਏ ਹਨ ਤੇ ਇਹਨਾਂ ਵਿੱਚ ਕਿਹਾ ਕਿ ਆਉਣ ਵਾਲੇ ਤਿਹਾਰਾਂ ਤੇ ਮੌਸਮ ਵਿੱਚ ਜ਼ਿਆਦਾ ਭੀੜ-ਭੜ ਨਾ ਹੋਵੇ ਤੇ ਇਸ ਦਾ ਧਿਆਨ ਰੱਖਿਆ ਜਾਵੇ ਤੇ ਪੰਜ ਨੀਤੀਆਂ ਟੈਸਟ, ਟਰੈਕ, ਟ੍ਰੀਟ, ਵੈਕਸੀਨੇਸ਼ਨ ਤੇ ਕੋਵਿਡ ਦੇਲੀ ਟਾਕ ਮੈਂ ਵਿਵਹਾਰ ਤੇ ਫੋਕਸ ਜਾਰੀ ਰੱਖਣ ਇਸ ਤੋਂ ਇਲਾਵਾ ਜਿਨ੍ਹਾਂ ਇਲਾਕਿਆਂ ਵਿੱਚ ਸੰਕਰਮਨ ਘਟ ਹੈ ਤੇ ਉੱਥੇ ਸੁਰੱਖਿਆ ਦੇ ਲਈ ਟੈਸਟਿੰਗ ਅਤੇ ਮਾਨੀਟਰਿੰਗ ਜਾਰੀ ਰੱਖੀ ਜਾਵੇ ਜਿੱਥੇ ਜ਼ਿਆਦਾ ਹਨ ਉੱਤੇ ਉਸ ਤੋਂ ਵੀ ਜ਼ਿਆਦਾ ਵਧਾਉਣ ਦੀ ਲੋੜ ਹੈ ਅਗਲੀ ਵੱਡੀ ਖਬਰ ਹੈ ਜੀ ਤਾਮਿਲਨਾਡੂ ਸਰਕਾਰ ਨੇ ਕੇਂਦਰ ਦੇ ਖੇਤੀ ਕਾਨੂੰਨਾਂ ਦੇ ਖਿਲਾਫ ਕੀਤਾ ਮਤਾ ਪਾਸ ਜੀहां ਦੋਸਤੋ ਤਾਮਿਲਨਾਡੂ ਵਿਧਾਨ ਸਭਾ ਨੇ ਮਤਾ ਪਾਸ ਕਰਕੇ ਕੇਂਦਰ ਨੂੰ ਦਨ ਖੇਤੀਬਾੜੀ ਕਾਨੂੰਨਾਂ ਵਾਪਸ ਲੈਣ ਦੀ ਅਪੀਲ ਕੀਤੀ ਅਤੇ ਕਿਸਾਨ ਕਈ ਮਹੀਨਿਆਂ ਤੋਂ ਦਿੱਲੀ ਦੇ ਬਾਹਰੀ ਇਲਾਕਿਆਂ ਦੇ ਵਿੱਚ ਇਨ੍ਹਾਂ ਕਾਨੂੰਨਾਂ ਦਾ ਵਿਰੋਧ ਕਰ ਰਹੇ ਹਨ ਤੇ ਮੁੱਖ ਵਿਰੋਧੀ ਧਿਰ AAI DMK ਅਤੇ ਇਸ ਦੀ ਸਹਿਯੋਗੀ ਪਾਰਟੀ ਭਾਰਤੀ ਜਨਤਾ ਪਾਰਟੀ ਨੇ ਇਸ ਮੁੱਦੇ ਤੇ ਵਾਕਆਊਟ ਕੀਤਾ। ਅਗਲੀ ਖਬਰ ਆ ਰਹੀ ਹੈ ਜੀ ਸਤੰਬਰ ਦੇ ਵਿੱਚ ਬੈਂਕ 12 ਦਿਨਾਂ ਦੇ ਲਈ ਬੰਦ ਰਹਿਣਗੇ। ਵੇਖੋ ਪੂਰੀ ਲਾਈਫਟ ਜੀ ਹਾਂ ਦੋਸਤੋ ਪਿਛਲੇ ਮਹੀਨਿਆਂ ਦੀਆਂ ਤੋੜਲਾਣ ਦੇ ਵਿੱਚ ਇਸ ਵਾਰ ਤੁਸੀਂ ਬਿਨਾਂ ਕਿਸੇ ਜਲਦਬਾਜ਼ੀ ਦੇ ਆਪਣੇ ਬੈਂਕ ਦੇ ਨਾਲ ਜੁੜੇ ਕੰਮਾਂ ਨੂੰ ਆਸਾਨੀ ਦੇ ਨਾਲ ਨਿਪਟਾ ਸਕਦੇ ਹੋ ਭਾਰਤੀ ਰਿਜ਼ਰਵ ਬੈਂਕ ਦੀਆਂ ਛੁੱਟੀਆਂ ਦੇ ਕੈਲੰਡਰ ਸੂਚੀ ਦੇ ਮੁਤਾਬਕ ਸਤੰਬਰ ਦੇ ਵਿੱਚ ਬੈਂਕ ਬਹੁਤ ਘੱਟ ਦਿਨਾਂ ਦੇ ਲਈ ਬੰਦ ਰਹਿਣਗੇ ਤੁਹਾਨੂੰ ਆਪਣੇ ਬੈਂਕ ਦੇ ਕੰਮਾਂ ਨੂੰ ਨਿਪਟਾਉਣ ਦੇ ਲਈ ਬਹੁਤ ਸਮਾਂ ਲੱਗੇਗਾ ਤੇ ਆਰਬੀਆਈ ਦੀ ਅਧਿਕਾਰਤ ਸੂਚੀ ਦੇ ਅਨੁਸਾਰ ਸਤੰਬਰ ਮਹੀਨੇ ਵਿੱਚ ਬੈਂਕ 7 ਦਿਨਾਂ ਦੇ ਲਈ ਬੰਦ ਰਹਿਣਗੇ ਤੇ ਐਤ ਦੇ ਨਾਲ ਹੀ ਸਤੰਬਰ ਵਿੱਚ ਬੈਂਕਾਂ ਵਿੱਚ 4 ਐਤਵਾਰ ਅਤੇ ਦੂਜੇ ਅਤੇ ਚੌਥੇ ਸ਼ਨੀਵਾਰ ਸਮੇਤ ਕੁੱਲ 12 ਦਿਨ ਹੋਣਗੇ। ਅਗਲੀ ਵੱਡੀ ਖਬਰ ਆ ਰਹੀ ਹੈ ਜੀ ਕਰੋਨਾ ਦੀ ਸੰਭਾਵਿਤ ਤੀਜੀ ਲਹਿਰ ਦੇ ਮੱਦੇਨਜ਼ਰ ਚੰਡੀਗੜ੍ਹ ਪ੍ਰਸ਼ਾਸਨ ਦੇ ਵੱਲੋਂ ਨਵੇਂ ਹੁਕਮ ਜਾਰੀ। ਜੀ ਹਾਂ ਦੋਸਤੋ ਚੰਡੀਗੜ੍ਹ ਪ੍ਰਸ਼ਾਸਨ ਦੇ ਵੱਲੋਂ ਸਤੰਬਰ ਦੇ ਵਿੱਚ ਕਰੋਨਾ ਦੀ ਤੀਜੀ ਲਹਿਰ ਦੇ ਮੱਦੇਨਜ਼ਰ ਨਵੇਂ ਹੁਕਮ ਜਾਰੀ ਕੀਤੇ ਗਏ ਹਨ ਤੇ ਇਨ੍ਹਾਂ ਹੁਕਮਾਂ ਦੇ ਤਹਿਤ ਹੁਣ ਸਰਕਾਰੀ ਦਫ਼ਤਰਾਂ ਵਿੱਚ ਕੰਮ ਕਰਵਾਉਣ ਵਾਲਿਆਂ ਲਈ 72 ਘੰਟੇ ਪੁਰਾਣੀ ਕਰੋਨਾ ਦੀ ਨੈਗੇਟਿਵ ਰਿਪੋਰਟ ਹੋਣੀ ਲਾਜ਼ਮੀ ਕਰ ਦਿੱਤੀ ਹੈ ਤੇ ਜਾਂ ਕਿਸੇ ਨੇ ਕਰੋਨਾ ਦੀ ਸਿੰਗਲ ਡੋਜ਼ ਲਗਾਈ ਹੋਵੇ ਉਹਦਾ ਸਰਟੀਫਿਕੇਟ ਵਖਾ ਕੇ ਸਰਕਾਰੀ ਦਫ਼ਤਰਾਂ ਵਿੱਚ ਕੰਮ ਕਰਵਾ ਸਕਦਾ ਹੈ ਤੇ ਇਹਨਾਂ ਤੋਂ ਬਿਨਾ ਹੁਣ ਸਰਕਾਰੀ ਦਫ਼ਤਰਾਂ ਦੇ ਵਿੱਚ ਕੰਮ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਅਗਲੀ ਵੱਡੀ ਖਬਰ ਹੈ ਜੀ 14 ਸਤੰਬਰ ਨੂੰ ਲਾਂਚ ਹੋ ਸਕਦੀ ਹੈ ਆਈਫੋਨ 13 ਸੀਰੀਜ਼ ਮਿਲ ਸਕਦਾ ਹੈ ਇਹ ਫੀਚਰ ਜੀਹਾਂ ਦੋਸਤੋ ਦੁਨੀਆ ਵਿੱਚ ਕਰੋੜਾਂ ਲੋਕ ਐਪਲ ਦੀ ਨਵੀਂ ਆਈਫੋਨ 13 ਸੀਰੀਜ਼ ਦੇ ਲਾਂਚ ਹੋਣ ਦਾ ਇੰਤਜ਼ਾਰ ਕਰ ਰਹੇ ਹਨ ਹਾਲਾਂਕਿ ਹੁਣ ਇੱਕ ਰਿਪੋਰਟ ਲੀਕ ਵਿੱਚ ਦਾਵਾ ਕੀਤਾ ਜਾ ਰਿਹਾ ਕਿ ਆਈਫੋਨ 13 ਸੀਰੀਜ਼ ਦੀ ਲਾਂਚਿੰਗ 14 ਸਤੰਬਰ 2021 ਨੂੰ ਹੋਵੇਗੀ। ਐਪਲ ਇੱਕ ਈਵੈਂਟ ਦਾ ਆਯੋਜਨ ਕਰੇਗੀ ਜਿਸ ਵਿੱਚ ਆਈਫੋਨ 13, ਆਈਫੋਨ 13 ਪ੍ਰੋ ਅਤੇ 13 ਪ੍ਰੋ ਮੈਕਸ ਤੋਂ ਇਲਾਵਾ ਆਈਫੋਨ 13 ਮਿਨੀ ਨੂੰ ਵੀ ਲਾਂਚ ਕੀਤਾ ਜਾਵੇਗਾ। 14 ਸਤੰਬਰ ਨੂੰ ਲਾਂਚ ਹੋਣ ਤੋਂ ਬਾਅਦ 17 ਸਤੰਬਰ ਤੋਂ ਇਸ ਸੀਰੀਜ਼ ਦੀ ਪ੍ਰੀ ਬੁਕਿੰਗ ਹੋ ਜਾਵੇਗੀ ਤੇ 24 ਸਤੰਬਰ ਤੋਂ ਨਵੇਂ ਆਈਫੋਨਾਂ ਦੀ ਵਿਕਰੀ ਵੀ ਹੋਵੇਗੀ। ਆਈਫੋਨ 13 ਵਿੱਚ ਕੀ ਮਿਲ ਸਕਦੇ ਹਨ ਫੀਚਰਸ ਜੀ ਹਾਂ ਦੋਸਤੋ ਆਈਫੋਨ 13 ਸੀਰੀਜ਼ ਵਿੱਚ ਕੈਮਰੇ ਦੇ ਨਾਲ ਜੁੜੇ ਹੋਏ ਕਈ ਫੀਚਰਸ ਦਿੱਤੇ ਜਾਣਗੇ ਆਨਲਾਈਨ ਟੈਕਨੋਲੋਜੀ ਨਿਊਜ਼ ਵੈਬਸਾਈਟ ਨੇ ਇੱਕ ਆਪਣੀ ਰਿਪੋਰਟ ਵਿੱਚ ਦੱਸਿਆ ਕਿ ਆਈਫੋਨ 13 ਪ੍ਰੋ ਵਿੱਚ ਪਹਿਲਾਂ ਦੇ ਮੁਕਾਬਲੇ ਬਿਹਤਰ ਅਲਟਰਾ ਵਾਈਡ ਲੈਂਸ ਦਿੱਤਾ ਜਾਵੇਗਾ ਤੇ ਇਸ ਤੋਂ ਇਲਾਵਾ ਬਿਹਤਰ ਆਟੋ ਫੋਕਸ ਦੀ ਸਪੋਰਟਸ ਵੀ ਇਸ ਵਿੱਚ ਮਿਲੇਗੀ ਜਾਣਕਾਰੀ ਲਈ ਦੱਸਦੀ ਹੈ ਕਿ ਆਈਫੋਨ 12 ਸੀਰੀਜ਼ ਨੂੰ ਫੈਕਸ ਉਕਲ ਲੈਂਥ ਦੇ ਨਾਲ ਲਿਆਇਆ ਗਿਆ ਸੀ ਤੇ ਰਿਪੋਰਟ ਦੇ ਮੁਤਾਬਕ ਆਈਫੋਨ 13 ਸੀਰੀਜ਼ ਨੂੰ ਐਪਲ ਇਹ 15 ਚਿਪਸੈਟ ਦੇ ਨਾਲ ਲਿਆਵੇਗੀ ਤੇ ਇਸ ਦੇ ਡਿਸਪਲੇ ਹਾਈ ਰਿਫਲੈਕਸ ਰੇਟ ਨੂੰ ਸਪੋਰਟ ਕਰੇਗੀ ਤੇ ਆਪ ਮੇਕਿੰਗ ਆਈਫੋਨ ਨੂੰ ਲੈ ਕੇ ਇਹ ਵੀ ਕਿਹਾ ਜਾ ਰਿਹਾ ਹੈ ਕਿ ਫੇਸ ਮਾਸਕ ਜਾਂ ਐਨਕ ਪਾ ਕੇ ਵੀ ਆਈਫੋਨ ਦੀ ਨਵੀਂ ਸੀਰੀਜ਼ ਕੰਮ ਕਰੇਗੀ ਆਈਡੀ ਫੇਸ ਆਈਡੀ ਇਸ ਤੇ ਕੰਮ ਕਰੇਗੀ ਅਗਲੀ ਵੱਡੀ ਖਬਰ ਆ ਰਹੀ ਹੈ ਜੀ ਕਾਬਲ ਹਮਲਾ ਬੰਬ ਧਮਾਕਿਆਂ ਵਿੱਚ ਮਾਰਨ ਵਾਲਿਆਂ ਦੀ ਗਿਣਤੀ 100 ਤੋਂ ਉੱਪਰ ਹੋਈ ਜੀ ਹਾਂ ਦੋਸਤੋ ਪਾਕਿਸਤਾਨ ਦੇ ਕਾਬਲ ਵਿੱਚ ਹਵਾਈ ਅੱਡੇ ਤੇ ਵੱਡਾ ਬੰਬ ਧਮਾਕਾ ਹੋਇਆ ਸੀ ਜਿਸ ਆਤਮ ਹਾਰਤੀ ਬੰਬ ਧਮਾਕਿਆਂ ਦੇ ਕਾਰਨ ਮਾਰਨ ਵਾਲਿਆਂ ਦੀ ਗਿਣਤੀ ਵਾਧੇ ਹੀ ਜਾ ਰਹੀ ਹੈ ਤੇ ਖਬਰਾਂ ਦੇ ਅਨੁਸਾਰ ਇਨ੍ਹਾਂ ਹਮਲਿਆਂ ਵਿੱਚ ਹੁਣ ਤੱਕ 110 ਦੇ ਲੋਕ ਮਰ ਚੁੱਕੇ ਹਨ ਕਰੀਬ ਅਤੇ 1338 ਲੋਕ ਜ਼ਖਮੀ ਹੋਏ ਹਨ ਤੇ ਜਹਾਜ਼ ਚੜ੍ਹਨ ਦੀ ਉਡੀਕ ਕਰ ਰਹੇ ਹਜ਼ਾਰਾਂ ਲੋਕਾਂ ਦੀ ਮਜੂਰਗੀ ਨੂੰ ਵੇਖਦਿਆਂ ਹੋਇਆਂ ਹਵਾਈ ਅੱਡੇ ਨੂੰ ਮਾਡਰਨ ਨਿਸ਼ਾਨਾ ਬਣਾਇਆ ਜਾ ਸਕਦਾ ਹੈ ਤੇ ਅਮਰੀਕੀ ਅੰਬੈਸਡਰੀ ਨੇ ਹਵਾਈ ਅੱਡੇ ਦੇ ਨਾਰਥ ਗੇਟ ਦੇ ਕਾਰ ਬੰਬਤ ਧਮਾਕਾ ਹੋਣ ਦੀ ਚੇਤਾਵਨੀ ਦਿੱਤੀ ਹੈ। ਇਹ ਸਨ ਜੀ ਹੁਣ ਤੱਕ ਦੀਆਂ ਪੰਜਾਬ ਅਤੇ ਦੁਨੀਆ ਦੀਆਂ ਤਾਜ਼ਾ ਵੱਡੀਆਂ ਖਬਰਾਂ। ਵੀਡੀਓ ਨੂੰ ਬਾਅਦ ਤੋਂ ਬਾਅਦ ਆਪਣੇ ਯਾਰਾਂ ਦੋਸਤਾਂ ਦੇ ਨਾਲ ਫੇਸਬੁੱਕ WhatsApp ਤੇ ਸ਼ੇਅਰ ਜ਼ਰੂਰ ਕਰਿਓ ਤੇ ਆਉਣ ਵਾਲੀਆਂ ਤਾਜ਼ਾ ਤਰੀਨ ਖਬਰਾਂ ਦੇ ਲਈ ਆਪਣੇ ਚੈਨਲ ਦੇ ਨਾਲ ਜੁੜੇ ਰਹੋ। ਧੰਨਵਾਦ।